ਇਹਨੂੰ ਓਏ ਹੇ 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 ਯਾ ਮਰਾ ਕਰਦਾ ਖਾਸ ਫੋਨ ਕਰਦਾ ਮੈਂ ਪਰਾ ਹੋ ਰਿਹਾ ਬੰਦਾ ਮੇਰੀ ਗੱਲ ਸੁਣ ਬਦਮਾਸ਼ੀ ਕਰ ਓ ਮੇਰੀ ਗੱਲ ਸੁਣ ਓਏ ਬਸਤੀ ਵਾਲਿਆਂ ਨੂੰ ਫੋਨ ਕਰਦਾ ਓਰੇ ਕੀ ਹੋ ਗਿਆ ਧੋਦਾ ਆਪਣੇ ਫੋਨ ਕਰਦਾ ਬਸਤੀ ਵਾਲਿਆਂ ਨੂੰ ਮੈਨੂੰ 6 ਮਹੀਨੇ 7 ਮਹੀਨੇ ਹੋ ਗਏ ਆਏ ਨੂੰ ਮੇਰੀ ਕਦਰ ਨਹੀਂ ਪਾਈ ਬੌਲਾ ਵਾਲਾ ਬਾਲਾ ਮੇਰੀ ਗੱਲ ਸੁਣ ਮੇਰਾ ਝੋਲਾ ਚੱਕ ਲਿਆ ਅੰਦਰੋਂ ਓਏ ਠੰਡਾ ਆ ਰਿਹਾ ਠੰਡਾ ਹੋਈ ਬਹੁਤ ਮੇਰੀ ਗੱਲ ਸੁਣਨਾ ਵੀ ਰੇ ਮੈਂ ਤਾਂ ਇੱਕ ਤੇ ਦੀਵਾ ਬਾਲੂ ਇਹਦੇ ਘਰੇ ਜਾਣ ਤੋਂ ਪਹਿਲਾਂ ਮੁੱਲ ਦੀ ਤੀਮੀ ਲਿਆਉਂ ਮੈਂ ਆਹੋ ਭਾਇਆ ਖੇੜਾ ਕੋਈ ਵੀ ਮੇਲੇ ਚੋਂ ਚੱਕ ਲੇਗਾ ਤੀਮੀ ਆ ਤੂੰ ਨਾ ਕਰੇ ਕੋਈ ਨਾ ਮੈਂ ਕੱਲਾ ਬਾਲ ਦੂੰ ਮੈਂ ਨਹੀਂ ਸਾਥ ਦਿੱਤਾ ਕਦੇ ਹੈ ਮੈਨੂੰ ਕਿ ਟੇਸ਼ਨ ਦਾ ਨਹੀਂ ਪਤਾ ਮੈਂ ਸਾਥ ਨਹੀਂ ਦਿੱਤਾ ਕਦੇ ਮੈਨੂੰ ਟੇਸ਼ਨ ਦਾ ਨਹੀਂ ਪਤਾ ਹੈਗਾ ਮੈਂ ਕੱਲਾ ਹੀ ਦੇ ਦੂੰ ਓਏ ਜਿਹੜੇ ਦਾ ਬਾਉਲਾ ਹੋ ਬਾਗੂਆ ਉਹ ਗੱਲ ਤਾਂ ਸੁਣ ਲਾ ਓਏ ਉਹੀ ਨਾ ਮੇਰੀ ਗੱਲ ਸੁਣ ਲੈ ਤੂੰ ਨਹੀਂ ਮੇਰਾ ਕਦੇ ਮੇਰੇ ਹੱਕ ਚ ਸਾਥ ਦਿੱਤਾ ਹੈਗਾ ਅਜਾ ਮੈਂ ਦਿੱਤਾ ਨਹੀਂ ਮੈਂ 50 ਵਾਰ ਤੇਰੇ ਹੱਕ ਚ ਸਾਥ ਦਿੱਤਾ 50 ਵਾਰ ਤੇਰੇ ਮੈਂ ਪਿੱਠ ਪੂਰੀ ਦਿੱਤਾ ਮੈਂ ਨਹੀਂ ਦਿੱਤਾ ਹੈ ਕਰ ਲਾ ਇਹਦਾ ਕੋਈ ਸਾਡੇ ਨਾ ਕਰਿਆ ਕਰੋ ਮਰ ਆ ਗਿਆ ਮੈਂ ਕਹ ਦਿੰਦਾ ਵੀ ਨਹੀਂ ਸਾਥ ਹੋਣਾ ਕਰ ਲਾ ਕੀ ਕਰਨਾ ਹੈ ਲਾ ਲਾ ਜੋ ਰੇੜਾ ਲਾਉਣਾ ਮੈਂ ਨਹੀਂ ਜਾਂਦਾ ਕਦੇ ਤੇਰੇ ਨਾਲ ਮੈਨੂੰ ਇਹ ਦੱਸ ਮਰ ਆ ਗਿਆ ਮੈਨੂੰ ਇਹ ਦੱਸ ਮੇਰੀ ਰੋਟੀ ਦਾ ਹੱਲ ਕੀ ਹੈ ਤੀਵੀਂ ਮੇਰੀ ਭੱਜ ਗਈ ਹੈ ਮੇਰੇ ਕਿਹੜੀਆਂ ਤੀਵੀਆਂ ਨੇ ਭਾਏ ਜੁਦੀਆਂ ਮੈਨੂੰ ਰੋਟੀ ਨਹੀਂ ਮਿਲਦੀ ਭਾਈ ਮੈਂ ਖਾਤਾ ਨਹੀਂ ਭੁੱਖਾ ਮਰਦਾ ਓਏ ਬਾਵਲਾ ਓਏ ਜੱਸੀ ਓਏ ਓਏ ਹਾਂ ਅਮਰੇ ਹਲਦੀ ਤੀਵੀਂ ਦੇ ਮੱਤ ਮਾਰਤੀ ਦੀ ਓਏ ਸਗਾ ਮੁੱਦ ਦੀ ਲੈ ਕੇ ਆਉਣਾ ਮੇਰੀ ਦਾ ਮਰ ਆ ਗਿਆ ਓਏ ਓਏ ਤਵੀਨਾ ਓਏ ਉਰਿਆ ਨਾ ਪਹਿਲਾਂ ਹਰੇ ਕੱਟ ਜਲੂਸ ਕੱਢਿਆ ਜਿਹੜਾ ਤੂੰ ਹੋ ਸੁਰਮਾ ਪਾਉਣ ਨੂੰ ਫਿਰਦਾ ਹੈ ਨਾ ਹੁਣ ਤੇ ਕਸਰ ਰਹਿ ਗਈ ਬਾਕੀ ਕੀ ਕਰੇਗਾ ਮੁੱਲ ਦੀ ਛੇੜ ਕੇ ਉਹ ਤੂੰ ਦੱਸੀ ਮੜਾ ਜਾ ਮੈਨੂੰ ਤੈਨੂੰ ਕੀ ਤਾਂ ਮੈਨੂੰ ਕਿੰਨਾ ਔਖਾ ਹੈ ਹੈ ਕੀ ਔਖਾ ਤੈਨੂੰ ਮੈਂ ਤਾਂ ਯਾਰ ਦੀ ਮੁੱਲ ਦੀ ਤੀਵੀਂ ਲਿਆਉਂਗਾ ਭਾਈ ਮੇਰੀ ਰੋਟੀ ਪਾਣੀ ਦਾ ਔਖਾ ਹੋ ਗਿਆ ਕਰਦੇ ਜਿਹੜਾ ਭੈਣ ਚੋਂ ਦਾ ਮਾੜਾ ਮੋਟਾ ਜਲੂਸ ਰਹਿੰਦਾ ਕਰਦੇ ਦੁੱਜਵਾ ਬਦਨਾਮੀ ਕਰਾ ਦੇ ਕੀ ਕਰੇਗਾ ਤੂੰ ਮੁੱਲ ਦੀ ਨਾ ਹੋਏ ਮੈਂ ਤੈਨੂੰ ਕਿਹਾ ਸੀ ਨਾ ਇਹ ਕੁੱਤੇ ਦੀ ਪੂੰਛ ਹੈ ਨਹੀਂ ਸੁਧਰਦਾ ਪਹਿਲਾਂ ਇਹਨੂੰ ਹੱਥ ਚੱਕੀ ਉਹ ਦੇਖ ਲੈ ਲੈ ਕੀਤੀ ਸਾਰੀ ਸਾਰਾ ਘਰ ਲੁੱਟ ਕੇ ਸ਼ੁਕਰ ਕਰ ਸਾਰਾ ਘਰ ਲੁੱਟ ਕੇ ਲੈ ਗਿਆ ਤਈ ਖੁੰਡੇ ਲੱਕ ਡੱਕਰੀਆਂ ਮੈਥੋਂ ਮਕਲਾਵਾ ਡੱਕਰੀਆਂ ਖੁੰਡੇ ਲੱਕ ਮੈਂ ਉੱਥੇ ਜਾ ਕੇ ਪਤਾ ਕਰਕੇ ਤੀਏ ਪਿੰਡ ਜਾ ਕੇ ਮੈਂ ਤਾਂ ਨਹੀਂ ਖਲਿਆ ਕੇ ਆਇਆਗਾ ਤੈਨੂੰ ਕਿ ਛੁਰਛੁਰੇ ਦਾ ਪਤਾ ਦੀ ਤੈਨੂੰ ਮੈਂ ਸ਼ੁਕਰ ਕਰ 15 ਲੱਖ ਚ ਪਤਾ ਲੱਗਿਆ ਘਰ ਜ਼ਮੀਨ ਨਾ ਆਪਣੇ ਨੌਕਰ ਆ ਗਈ ਚਾਚਾ ਨੂੰ ਮਾੜੀ ਮੋਟੀ ਦੀ ਅਕਲ ਨੂੰ ਹੱਥ ਮਾਰ ਮੇਰੀ ਗੱਲ ਸੁਣ ਲੈ ਯਾਰ ਮੈਂ ਤਾਂ ਰਾਜਸਥਾਨ ਜਾਣਾ ਉੱਥੋਂ ਮੁੱਲ ਦੀ ਲੈ ਕੇ ਆਉਂਗਾ ਮੁੰਨ ਦੇ ਸਾਡੀ ਜਮਾ ਲਿਆ ਦੇ ਦਾੜੀਆਂ ਮੁੰਨ ਦੇ ਅਸੀਂ ਹੈਗੇ ਸਰ ਮਾਰ ਨਹੀਂ ਹੋਗਾ ਤੈਨੂੰ ਇੱਥੇ ਮੁੱਲ ਦੀ ਲੈ ਕੇ ਮਾਰੇਗਾ ਤੂੰ ਕੀ ਕਹਿਣਗੇ ਰਿਸ਼ਤੇਦਾਰ ਪਲਾ ਪਏ ਤੁਸੀਂ ਮੜਾ ਜਾ ਇੱਕ ਨਾ ਉਖੜ ਕੇ ਇਸ ਤਰ੍ਹਾਂ ਰੋਟੀ ਦੇਣ ਆਉਣਗੇ ਮੈਨੂੰ ਭਰਤਾ ਚਾਹੀਦਾ ਜਿਹੜੀ ਪਿਆ ਕੇ ਲਿਆਉਂਦੀ ਸੀ ਉਹਨੇ ਲੱਲਣ ਲਾ ਦੇ ਬੰਦ ਕਰੀ ਤੂੰ ਮੁੱਲ ਦੀ ਲਿਆਈ ਅਸੀਂ ਕਿੱਦਾਂ ਫਿਰ ਤਾਂ ਕਿਰਾਏ ਤੇ ਰਹਿਣ ਲੱਗ ਜਾਾਂਗੇ ਬਾਰੇ ਭਾਗ ਜਾਾਂਗੇ ਚਾਚਾ ਮੈਂ ਨਹੀਂ ਦਿੰਦਾ ਰੱਖ ਲਈ ਤੂਰੇ ਮੁੱਲ ਅਸੀਂ ਰੋਟੀ ਨਹੀਂ ਦਿੰਦੇ ਇਹਨੂੰ ਦੰਨੇ ਹੋ ਭਾਈ ਮਾਂ ਕਾ ਕਿਹੜਾ ਦਿੰਦੇ ਨਹੀਂ ਹੋਰ ਕੀ ਖਾ ਰਹਾ ਤੂੰ ਦੇਨੇ ਚ ਨਾ ਦੇ ਮੈਂ ਰੋਟੀ ਪਿਆ ਕੀ ਦੁਬਾਰਾ ਮੈਨੂੰ ਤਾਂ ਭਾਈ ਤੀਵੀਆਂ ਤੋਂ ਯਕੀਨ ਹੋ ਗਿਆ ਪਾਣੀ ਲਿਆ ਭਾਈ ਤੇਰੇ ਲੱਛੀ ਨਹੀਂ ਉੱਡਿਆ ਪਾਣੀ ਲਿਆ ਦੇ ਓਏ ਨਹੀਂ ਹੱਥ ਚੱਕੀ ਦੇ ਜੇ ਮਾੜੀ ਮੋਟੀ ਪੁੱਛੀ ਲਿਆ ਕੇ ਫੇਰ ਕਰਦੇ ਜਾ ਤੇ ਤਾਂ ਫਾਹਾ ਆਇਆ ਹੋਇਆ ਸੀ ਉਦੋਂ ਛੇਤੀ ਪਾਣੀ ਕੋਈ ਨਾ ਫਿਰ ਤੂੰ ਮੇਰੀ ਰੋਟੀ ਦਾ ਹੱਲ ਤਾਂ ਦੱਸ ਰੋਟੀ ਤੈਨੂੰ ਪਹਿਲਾਂ ਕਿ ਮਿਲਦੀ ਨਹੀਂ ਸੀ ਪਹਿਲਾਂ ਕਿ ਤੂੰ ਡੇਰੇ ਗੁਰਦੁਆਰੇ ਖਾ ਕੇ ਆਉਂਦਾ ਸੀ ਅਸੀਂ ਦਿੰਦੇ ਸੀ ਤੈਨੂੰ ਉਹ ਬਾਗੂਆ ਦਿੰਦੇ ਸੀ ਲੁੱਟ ਜਾਂਦੇ ਸਾਰਾ ਘਰ ਲੁੱਟ ਕੇ ਲੈ ਜਾਂਦੀ ਉਹ ਇੱਜ਼ਤਦਾਰ ਕੀ ਤੇ ਸਾਡੇ ਨਾਲ ਇੱਜ਼ਤ ਵਾਲੇ ਕੰਮ ਕਰ ਹੈ ਕਾੜੂ ਇੱਜ਼ਤਾਂ ਨੇ ਵਿੱਚ ਵੱਟ ਕੇ ਖਾ ਗਿਆ ਇਹ ਚੌਰਾ ਠੰਡਾ ਹੋ ਜਾ ਯਾਰ ਮੇਰੀ ਗੱਲ ਸੁਣ ਦੇ ਲੈ ਮੇਰੀ ਸੁਣ ਲਾ ਗੱਲ ਮੈਨੂੰ ਜਿਹੜਾ ਬੋਲ ਪਾਣਾ ਵਿਆਹ ਕੇ ਲਿਆਂਦੀ ਦੀ ਮਾਨ ਆਦਰ ਨਾਲ ਲਿਆਂਦੀ ਕੀ ਕੁਸ ਕਰ ਗਈ ਮੁੱਲ ਦੀ ਤੇ ਕੀ ਭਰੋਸਾ ਜਦੋਂ ਭਾਏ ਦੀ ਵਿਆਹੀ ਹੋਏ ਤੇ ਨਹੀਂ ਕਰ ਸਕਦੇ ਉਮਰ ਤਾਂ ਦੇਖ ਲੈ ਨਾਲੇ ਉਮਰ ਦਾ ਚੱਲ ਕੀ ਅਸੀਂ ਰੋਟੀ ਦੇਵਾਂਗੇ ਜਿਹੜਾ ਕੁਛ ਕੱਪੜਾ ਲੀੜਾ ਭਾਈ ਅਸੀਂ ਧੋਵਾਂਗੇ ਸਾਰਾ ਪਰ ਮੁੱਲ ਮਾਲ ਜੀ ਵਾਲਾ ਨੀ ਕੁਛ ਕਰਨਾ ਠੀਕ ਹੈ ਨਾ ਕਿਤੇ ਹੋਰ ਬੇਇੱਜ਼ਤੀਆਂ ਕਰਾਊਗਾ ਸਾਰੇ ਪਿੰਡ ਚ ਹਲੇ ਆਪਾਂ ਅਸੀਂ ਦੇਵਾਂਗੇ ਹੋਰ ਕੌਣ ਦੇਊਗਾ ਮੈਂ ਦੇਊਂਗੀ ਰੋਟੀ ਪਹਿਲਾਂ ਕੀ ਗਵਾਂਢੀਆਂ ਦਿਖਾ ਕੇ ਆਉਂਦਾ ਦੀ ਤੂੰ ਕਿੰਨਾ ਦਿਖਾ ਕੇ ਆਉਂਦੀ ਤੂੰ ਭਾਈ ਤੂੰ ਰਹੇ ਦੇ ਮੈਨੂੰ ਤਾਂ ਉਹ ਭਾਈ ਬੰਦੇ ਨੂੰ ਗੱਲੀ ਰੋਟੀ ਗੱਡੀ ਕਰੂੰ ਦੇਣੀ ਮੈਨੂੰ ਚਾਚੀ ਦੱਸ ਕਦ ਨਹੀਂ ਰੋਟੀ ਦੇ ਉਹ ਭਾਈ ਕੱਲੀ ਰੋਟੀ ਵੀ ਨਹੀਂ ਚਾਹੀਦੀ ਦੀ ਬੰਦੇ ਨੂੰ ਹੋਰ ਸੁੱਖ ਹੁੰਦੇ ਨੇ ਹੈ ਬਥੇਰੇ ਸੁੱਖ ਹੁੰਦੇ ਨੇ ਬੰਦੇ ਨੂੰ ਕਿੰਨਾ ਸੁੱਖ ਹੁੰਦਾ ਬੰਦਾ ਬਿਮਾਰ ਠਮਾਰ ਹੁੰਦਾ ਬੰਦਾ ਆ ਜਿਹੜੀ ਪਹਿਲਾਂ ਆਈ ਸੀ 15 ਲੱਖ ਨੂੰ ਟਾਂਕਾ ਲਾ ਗਈ ਕਿੱਡਾ ਸੁੱਖ ਸੀ ਕਿਹੜਾ ਕੰਮ ਕਰਦੀ ਸੀ ਉਹ ਭਾਈ ਤੈਨੂੰ ਦਿਨ ਸਿਰ ਮੰਨ ਕੇ ਪੈਂਦੀ ਹਲੇ ਤੌਮ ਤਾਂ ਆਪਣੇ ਤੇ ਲਾਉਂਦਾ ਦੀ ਕੱਲੀ ਜੱਸਿਆ ਰੋਟੀ ਨਾਲ ਵੀ ਕੁਝ ਨਹੀਂ ਹੁੰਦਾ ਹੈਗਾ ਆਪਦੀ ਤੀਮੀ ਦਾ ਸੌ ਸੁੱਖ ਹੁੰਦਾ ਭਾਈ ਬਿਮਾਰ ਠਮਾਰ ਹੋ ਜੇ ਬੰਦਾ ਸਿਰ ਘੁੱਟਦੀ ਹੈ ਹੈ ਠੰਡ ਲੱਗ ਜਾਂਦੀ ਨਾ ਪਹਿਲਾਂ ਤੂੰ ਬਿਮਾਰ ਠਮਾਰ ਹੁੰਦਾ ਤੇ ਅਸੀਂ ਤੈਨੂੰ ਸਾਹਮਣੇ ਨਹੀਂ ਕਦੇ ਦੱਸੀ ਮੜਾ ਜਾ ਮੈਨੂੰ ਉਹ ਭਾਈ ਸਾਰੇ ਕੁਝ ਦੇ ਕਰੂ ਸਿਰ ਆਪਦੇ ਦਾ ਇਹਨੇ ਮੈਨੂੰ ਵੀ ਸਾਹਮਣੇ ਦਾ ਕਿਹੜਾ ਦੁੱਖ ਭਾਲਦਾ ਹੈ ਪਤਾ ਮੈਨੂੰ ਦੁੱਖ ਦਾ ਮੈਨੂੰ ਵੀ ਪਤਾ ਆ ਉਮਰ ਤੈਨੂੰ ਹੁਣ ਕੋਈ ਸੁੱਖ ਨਹੀਂ ਮਿਲਣ ਲੱਗਾ ਠੀਕ ਹੈ ਨਾ ਆਪਦੇ ਲੱਛਣ ਸੁਧਾਰ ਲੈ ਤੂੰ ਓਏ ਭਾਈ ਮੇਰੇ ਤੇ ਤੂੰ ਗਲਤ ਮਲ ਤਾਉਂ ਦਾ ਨਾ ਲਾ ਮੇਰੀ ਗੱਲ ਸੁਣਨਾ ਮੈਂ ਆਪਦੀ ਰੋਟੀ ਦਾ ਪ੍ਰਬੰਧ ਕਰਨਾ ਮੈਨੂੰ ਕਰ ਲੈ ਉਹਨੂੰ ਰੋਟੀ ਦਾ ਪ੍ਰਬੰਧ ਬੋਲ ਨਹੀਂ ਰਹੀ ਬਾਗੂਆ ਆਪਾਂ ਕਿਹੜੀ ਬਦਨਾਮੀ ਹੋ ਗਈ ਭਾਈ ਤੇਰੇ ਪਿੰਡ ਚ ਕਿਹੜੀ ਤੂੰ ਪੰਚਾਇਤ ਦੀ ਚੋਣ ਲੜਦੀ ਹੈ ਚੌਧਰੀ ਕੋਈ ਨਾ ਕੋਈ ਲੰਬਾ ਲੈ ਕੇ ਖੜਾ ਰਹਿ
ਇਹਨੂੰ ਕਿਹੜਾ ਸ਼ਰਮ ਹੈ ਚਾਹੇ ਤੇਲੀ ਦੀਆਂ 13 ਵਗ ਜਾਣ ਇਹ ਬੰਦੇ ਨੂੰ ਤਾਂ ਬਸ਼ਰਮ ਆ ਹੀ ਨਹੀਂ ਸਕਦੀ ਇਹਨੂੰ ਚੱਲ ਕੋਈ ਨਾ ਕਲੇਸ਼ ਨਾ ਕਰੋ ਹੈ ਤਾਂ ਮੇਰੀ ਗੱਲ ਸੁਣਾ ਚਾਚੇ ਇਹਨੂੰ ਕਹਿ ਰੇ ਬਾਹਰ ਬੂਰ ਜਾਣ ਦੀ ਲੋੜ ਜਾਂਦਾ ਨਹੀਂ ਛੱਡਾ ਨਾ ਨਾ ਮੇਰੀ ਰੋਟੀ ਦਾ ਹੱਲ ਭਾਈ ਫਿਰ ਉਹ ਰੋਟੀ ਅਸੀਂ ਦੇਵਾਂਗੇ ਤੈਨੂੰ ਪਹਿਲਾਂ ਕੌਣ ਦਿੰਦਾ ਸੀ ਪਹਿਲਾਂ ਵੀ ਤਾਂ ਅਸੀਂ ਦਿੰਦੇ ਸੀ ਤੈਨੂੰ ਮੈਂ ਦੇਵਾਂਗੀ ਰੋਟੀ ਲੱਭੀ ਦੇਊਗੀ ਦੋਨੇ ਟਾਈਮ ਪਕਾ ਕੇ ਦੇ ਦੇਗਾ ਜੀ ਦੋ ਵਾਰ ਦੇ ਹਾਂ ਹੋ ਮੇਰੀ ਗੱਲ ਸੁਣ ਲੈ ਭਾਈ ਜੱਸੇ ਹਾਂ ਆ ਬੈਠਿਆ ਵੀ ਲਾ ਆਪਣੀ ਤੀਵੀਂ ਖੜੀ ਹੈ ਹਾਂ ਖੜੀ ਹੈ ਮੈਂ ਤਾਂ ਰੋਟੀਆਂ ਦੋ ਟਾਈਮ ਲਿਆ ਕਰੂੰਗਾ ਵੀ ਚੋਪੜ 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 ਕੇ ਦੇ ਦੂਗੀ ਚੋਪੜ ਕੇ ਦੇ ਦੂਗੀ ਦੋ ਟਾਈਮ ਦੇ ਦਿਆ ਕਰਾਂਗੇ ਚਾਚੇ ਪਰ ਚੋਪੜ ਚਾਪੜ ਨਹੀਂ ਦਿੰਦੇ ਹੈਗੇ ਅਸੀਂ ਜਾਓ ਮੈਂ ਆਪੀ ਦੇ ਦਿਆ ਕਰੂੰ ਚੋਪੜ ਤੇਰੇ ਘਰ ਵਾਲੀ ਕਹਿ ਰਹੀ ਹੈ ਚੋਪੜ ਕੇ ਦੇਊਗੀ ਭਾਈ ਦੇ ਦੂਗੀ ਦੇ ਗਈ ਆ ਮੈਨੂੰ ਤੈਨੂੰ ਕੀ ਪਤਾ ਕਿਹੜਾ ਚੋਪੜ ਚੁੱਪ ਕਰਦਾ ਤੂੰ ਹੈ ਮੇਰੀ ਗੱਲ ਸੁਣ ਤੇ ਰੋਟੀ ਮਿਲਿਆ ਕਰੂੰ ਜੇ ਜੀ ਰੁੱਖਣ ਸੁੱਖੀ ਅਸੀਂ ਖਾਣੇ ਆ ਉਹ ਖਾ ਲਿਆ ਕਰੀ ਚੋਪੜ ਚਾਪੜ ਕੇ ਕੋਈ ਨਹੀਂ ਮਿਲਦੀ ਓਏ ਦੂਜੀ ਲੰਗਦੀ ਨਹੀਂ ਦੁੱਧ ਨਾਲ ਚੋਪੜ ਕੇ ਦਿੰਦਾ ਕਿ ਭਾਈ ਗਿੱਲੀ ਕਰਕੇ ਮੈਂ ਲੰਗ ਜਾ ਕਰੀ ਮੈਂ ਆਪੀ ਦੇ ਦਿਆ ਕਰੂੰ ਇਹ ਤਾਂ ਵੀ ਬੋਲੀ ਸ਼ਾ ਮੈਂ ਮੇਰੇ ਸਾਲੀ ਦੇ ਬੱਗ ਬਗੋਣਾ ਮਾਰੂ ਥਾਪੜਾ ਐ ਕਿਵੇਂ ਦੇਂਗੀ ਤੂੰ ਚੋਪੜ ਕੇ ਆਹੀ ਆ ਮਰਾ ਸਾ ਆਹੀ ਆ ਆਹੀ ਆ ਬਾਬਤੀ ਇਹਦਾ ਰਾਜੀ ਆ ਓਏ ਯਾਰ ਚਾਚੇ ਅਸੀਂ ਐ ਕਿਵੇਂ ਦੇ ਦੇ ਚੋਪੜ ਕੇ ਯਾਰ ਤੂੰ ਵੀ ਉਹੀ ਗੱਲਾਂ ਕਰ ਲੱਗਾ ਓਏ ਰੋਟੀਏ ਆ ਮੇਰੇ ਸਾਲੇ ਦੀ ਮੜਾ ਜਾਂ ਘਿਓ ਲੱਗ ਜੂਗਾ ਕੀ ਆ ਕੰਜਰ ਦੇ ਦਾ ਝਾੜੂ ਲਾਉਣਾ ਦੁੱਧ ਨਾਲ ਆ ਮਲਾਈ ਲਾ ਦੂਗੀ ਉਹ ਆਪੂ ਹੋ ਗਈ ਆ ਮਲਾਈ ਨਾਲ ਦੁੱਧ ਨਾਲ ਚੋਪੜ ਕੇ ਕਿਨਾਰੀਆਂ ਜਿਹੜੀਆਂ ਠੰਡੀਆਂ ਹੋ ਜਾਂਦੀਆਂ ਕੋਈ ਨਾ ਮੈਂ ਆਪੀ ਦੇ ਦੂੰ ਇਹ ਵੀ ਛੋਡਾ ਭਾਈ ਦੀ ਜ਼ਮੀਨ ਛੋਡੀ ਚੋਪੜ ਕੇ ਨਹੀਂ ਮਿਲਦੀ ਇਹਨੂੰ ਬਸ ਰੁੱਖਣ ਸੁੱਕੀ ਮਿਲ ਜਾ ਕਰੂ ਚੋਪੜ ਚਾਪੜ ਕੇ ਨਹੀਂ ਅਸੀਂ ਦੇ ਸਕਦੇ ਬਾਕੀ ਇਹਦੀ ਮਰਜ਼ੀ ਆ ਜੇ ਤੂੰ ਆਹ ਮੁੱਲ ਮੱਲ ਜੀ ਵਾਲਾ ਸਟੈਪ ਚੱਕਿਆ ਫਿਰ ਤੂੰ ਘੇਸੜੇ ਖਾਏਗਾ ਸਿੱਧੀ ਜੀ ਗੱਲ ਆ ਓਏ ਮੇਰੀ ਗੱਲ ਇੱਕ ਹੋਰ ਸੁਣ ਲੈ ਲੈ ਆ ਬੈਠਾ ਵੀ ਹਾਂ ਆ ਬੈਠਾ ਮੈਂ ਆ ਤੇਰੀ ਤੀਵੀ ਖੜੀ ਆ ਆਹੋ ਹੁਣ ਜਿਹੜੀ ਗੱਲ ਮੈਂ ਸਰੀ ਸਾਫ਼ ਕਰਦਾ ਨਾ ਮੇਰੀ ਗੱਲ ਸੁਣ ਲੈ ਮੇਰੀ ਭੱਜ ਗਈ ਤੀਵੀ ਭਾਈ ਫੇਰ ਵੀ ਜਾ ਕੇ ਮੈਂ ਤਾਂ ਗੋਲੀ ਗੱਟਾ 100 ਖਾਊਂਗਾ ਮੇਰੀ ਗੱਲ ਸੁਣ ਲੈ ਹੈ ਇੱਕ ਜੀਵ ਤੇ ਰੱਖਣਾ ਮੈਂ ਖਾਣੀ ਖਾਣਾ ਹੁੰਦਾ ਉਹ ਮੈਂ ਤਾਂ ਦੱਸਿਆ ਨਹੀਂ ਕਦੇ ਤੈਨੂੰ ਮੈਂ ਮੇਰੀ ਭਾਈ ਭੁੱਖ ਨਹੀਂ ਮਿਟਣੀ ਛੇਤੀ ਛੇਤੀ ਫਿਰ ਕੱਲ ਘਲਾ ਨੂੰ ਕਦੇ ਬਚਾਓ ਹਟਾ ਦਿਆ ਕਰੇ ਮੈਨੂੰ ਮੇਰੀ ਗੱਲ ਸੁਣ ਤੈਨੂੰ ਰੱਜ ਆਵੇ ਚਾਹੇ ਨਾ ਆਵੇ ਅਸੀਂ ਤਾਂ ਕੱਲੀ ਬਸ ਰੁੱਖਣ ਸੁੱਕੀ ਰੋਟੀ ਦੇਵਾਂਗੇ ਸਾਡੇ ਤੋਂ ਨਹੀਂ ਹੋਰ ਕੁਝ ਦਿੱਤਾ ਜਾਂਦਾ ਹੈ ਮੈਂ ਆਪੀ ਬਣਾ ਦਿਆ ਫਿਰ ਬਣਾ ਦੂ ਬੱਚੇ ਵਜਣਾ ਤਾਂ ਨਹੀਂ ਭਾਈ ਟੋਕਰੀ ਵੀ ਹਟ ਜਾ ਹੁਣ ਉਹ ਭੈਣ ਦੇ ਖਾਸ ਵੀ ਤੂੰ ਚੁੱਪ ਕਰ ਲਈ ਤੈਨੂੰ ਕੀ ਪਤਾ ਕੀ ਗੱਲਾਂ ਕਰਦੇ ਆ ਬਣਾ ਦੂ ਭਾਈ ਕਿੰਨੀ ਕਾ ਖਾ ਜੂਗਾ ਭੁੱਖ ਮੈਨੂੰ ਅੱਜ ਨਹੀਂ ਆਉਂਦਾ ਛੇਤੀ ਛੇਤੀ ਮੈਂ ਤਾਂ 20 20 25 25 ਰੋਟੀਆਂ ਖਾ ਲਿਆ ਕਰੂੰ ਮੈਂ 40 40 ਖਾ ਲਈ ਰੋਟੀ ਖਾ ਲਈ ਜਿੰਨੀ ਖਾਣੀ ਆ ਮੈਂ ਬਣਾ ਦਿਆ ਕਰੂੰ ਆਪੇ ਬਰੇ ਸਾਲੇ ਨੇ ਰੋਟੀਏ ਕਸ਼ਮੀਰ ਦਾ ਮੁੱਦਾ ਬਣਾ ਲਿਆ ਕਹਦੇ ਭਾਈ ਦੇ ਰਿਆ ਕਰੂਗੀ ਅਗਲੀ ਮੂੰਹ ਹੋ ਗਹਿਰੀ ਆ ਉਹ ਚਾਚੇ ਯਾਰ ਐਂ ਕਿਵੇਂ ਦੇ ਦਈਏ ਚੱਲ ਮੇਰੀ ਗੱਲ ਸੁਣ ਲੈ ਹਾਂ ਸਿਆਲ ਦੇ ਵਿੱਚ ਮੈਨੂੰ ਸੁਣਾ ਕੋਸਾ ਦੁੱਧ ਦੇ ਦਿਆ ਕਰੇ ਠੀਕ ਹੈ ਮੈਂ ਨਹੀਂ ਜਾਂਦਾ ਕਹੇ ਆਪਾਂ ਸਿਆਲ ਤੱਕ ਤਾਂ ਪਹੁੰਚਣਾ ਨਹੀਂ ਤੂੰ ਭਾਗੂ ਭੈਣ ਮਰਾਵੇ ਤੂੰ ਮੁੱਲ ਦੀ ਹੋ ਲਿਆ ਯਾਰ ਜਿਹੜੇ ਹਿਸਾਬ ਦੀ ਗੱਲ ਸਾਡੇ ਤੋਂ ਨਹੀਂ ਸਾਡੇ ਤੋਂ ਨਹੀਂ ਯਾਰ ਤੇਰਾ ਫੁਕਣਾ ਫੁੱਕਿਆ ਜਾਂਦਾ ਤਾਂ ਮੁੱਲ ਦੀ ਹੋ ਲਿਆ ਯਾਰ ਸੁਣ ਜ਼ਮੀਨ ਵੀ ਭਾਈ ਆਪਣੇ ਅੱਧੋ ਅੱਧ ਘਰ ਵੀ ਆਪਣਾ ਅੱਧੋ ਅੱਧ ਫਿਰ ਤੂੰ ਜਨਾਨੀ ਜੱਦ ਕਿੱਥੋਂ ਦੇ ਰਾ ਉੱਚ ਕੀ ਮੰਗਦਾ ਇਹ ਜਨਾਨੀ ਜਿਹੜਾ ਅੱਧੋ ਅੱਧ ਆ ਕਾਣੂ ਮੈਨੂੰ ਪਤਾ ਕੀ ਚੋਪੜ ਨੂੰ ਫਸਾ ਯਾਰ ਇਹ ਸਾਰਾ ਪਤਾ ਮੈਨੂੰ ਜਿਸੇ ਕਹੇ ਜੀ ਕਿੰਨਾ ਕਰਨਾ ਤੂੰ ਜਾ ਨਹੀਂ ਕੁਛ ਜਾ ਤੂੰ ਇਹ ਘਰ ਦਾ ਕੰਮ ਕਰ ਪੂਰੇ ਕੁਛ ਮਰੀ ਜਾਂਦੇ ਬਾਗ ਜਾ ਬਾਗ ਜਾ ਰੋਟੀ ਦੀ ਕਿੰਨੀ ਗੱਲ ਆ ਦੱਸ ਇਹ ਤੇਰੀ ਤੀਮੀ ਦਾ ਦੇ ਨੂੰ ਤਿਆਰ ਰੋਟੀ ਤੂੰ ਕਿਉਂ ਕੰਮ ਭਾਨੀਆਂ ਮਰੀ ਜਾਂਦਾ ਉਹ ਦੱਸਿਆ ਇਹਦੇ ਮਨ ਚ ਫਰਕ ਉਹ ਦੱਸਿਆ ਕਿਉਂ ਬੌਲਾ ਬਣਦਾ ਹੈ ਦੋ ਰੋਟੀਆਂ ਦੀ ਗੱਲ ਹੈ ਕਿਉਂ ਚਾਤੇ ਮੇਰੀ ਗੱਲ ਸੁਣ ਰੋਟੀ ਦੇਵਾਂਗੇ ਨਹੀਂ ਝੱਜੂ ਸੀ ਚੋਪੜ ਚਾਪੜ ਕਿਹੜੀ ਦਿੰਦੇ ਜੇ ਤੂੰ ਹਾਂ ਮੁੱਲ ਮੱਲ ਜੀ ਦਾ ਕੁਛ ਕਰਿਆ ਫਿਰ ਤੂੰ ਮੇਥੋਂ ਬੁਰਾ ਦੇਖੀ ਆਏ ਕਰੀ ਭਾਈ ਉਰੋੜੇ ਮੈਂ ਲਾਉਂ ਫਿਰ ਕੇ ਓਏ ਪਾਗੂਆ ਤੂੰ ਜਾਈ ਬਾਰੇ ਜੇ ਰੋਟੀਆਂ ਲੈ ਕੇ ਮੇਰੇ ਘਰੇ ਆ ਜਾ ਕਰ ਮੈਂ ਚੋਪੜ ਕੇ ਦੇ ਦਿਆ ਕਰੂੰ ਹੋਰ ਦੱਸ ਹੈ ਉਹ ਮੈਨੂੰ ਤੱਤੀਆਂ ਤੱਤੀਆਂ ਖਾਣ ਦੀ ਆਦਤ ਹੈ ਤੱਤੀਆਂ ਖਵਾ ਦਿਆ ਕਰੂੰ ਕੰਜਰ ਦਿਆ ਕੋਈ ਨਾ ਆ ਜਾ ਕਰ ਮੇਰੇ ਕੋਲ ਮੈਂ ਖਵਾ ਦਿਆ ਕਰੂੰ ਤੱਤੀਆਂ ਚੋਪੜ ਦਾ ਕਰ ਕਿਉਂ ਨਾਲ ਚੋਪੜ ਲਈ ਜੇ ਭਾਈ ਦੁੱਧ ਨਾਲ ਚੋਪੜ ਲਈ ਹੈ ਚਲ ਮੈਂ ਵੀ ਜਾਣਾ ਵੜਾ ਆ ਮੇਰਾ ਚਿੱਤ ਨਹੀਂ ਲੱਗ ਰਿਹਾ ਮਰਦਾ ਜੀ ਕਰਦਾ ਕਦੇ ਖੂ ਖਾਤਾ ਗੰਦਾ ਕਰਦਾ ਕੁੜੀ ਚੋਦ ਦਾ ਪਿੰਡ ਤੋਂ ਐ ਹੋ ਜੂਗਾ ਵੀ ਭਾਗੂ ਦੀ ਬਹੂ ਭੱਜ ਗਈ ਆਥੜੇ ਜੀ ਆ ਜੀ ਹੈ ਆਥੜੇ ਜੀ ਹੈ ਗਰਮੀ ਆ ਹੈ ਵਰਾ ਉਹ ਨਾ ਮਨ ਤੇ ਲਾਈ ਗੱਲ ਮੇਰਾ ਕਹਿੰਦੇ ਬੌਲਾ ਸੋਚੀ ਜਾਈ ਕਜਰ ਦੇ ਦਾ ਬੌਲਾ ਹੈ ਬੇਵਾ ਜਮੀ ਲੁੱਟ ਕੇ ਲੈ ਓਏ ਕੋਈ ਨਾ ਮੈਨੂੰ ਇਹ ਹਜੇ ਵੀ ਯਕੀਨ ਨਹੀਂ ਦਾ ਮੈਨੂੰ ਹਜੇ ਵੀ ਆਇਆ ਕਰੇ ਯਾ ਸੋਹਣੀਆਂ ਜਨਾਨੀਆਂ ਹੁੰਦੀਆਂ ਨੇ ਨਾ ਐਂ ਹੁੰਦੀਆਂ ਨੇ ਇਹਨਾਂ ਦੇ ਬਾਲਾ ਭਰੋਸਾ ਨਾ ਕਰੇ ਹੈ ਬਾਈ ਜੀ ਸੋਹਣੀ ਜਨਾਨੀ ਦੇ ਭਰੋਸਾ ਨਾ ਕਰੇ ਹਾਂ ਮੇਰੇ ਵਾਲੀ ਚਰਨੋਂ ਵੀ ਲੁੱਟ ਕੇ ਮੇਰੇ ਵਾਲੀ ਚਰਨੋਂ ਰੰਗ ਦੀ ਪੱਕੀ ਐ ਦੇ ਉਸ ਦੀ ਚੱਟੀ ਐ ਚੰਗਾ ਆ ਜੀ ਮਿਲਦੇ ਆ ਬੈਠਾ ਓਏ ਕਿਵੇਂ ਮੈਂ ਕੱਲੀ ਆ ਗਿਆ ਅੱਜ ਮਰੂਦ ਆ ਲੈ ਕਹਿ ਪੱਕ ਗਏ ਹੋ ਕੀ ਹੋ ਗਿਆ ਕੋਈ
ਕਿਵੇਂ ਕੱਲੀ ਹੋ ਗਿਆ ਜਾ ਕੇ ਹੈ ਕੀ ਬਣਿਆ ਸੱਚ ਹੋਏਗਾ ਉੱਧਰ दस कुड़ी चौदह भरी बैठा ही अंदरों भी कदों कोई आवे मैं पिटा की हो गया की हो गया मेरी भाभी बाकी किधर है पता ही कुट के बजा दी ना ले भागू दी बहू पता नहीं क्यों कुटी है ना कुट के बजा दी मैं कह दो मेरा जी नहीं लगता मैं इन्हें कुटी हुई मेरे नीचे आ किधे किधे अच्छी कुटी ਭੱਜ ਗਈ ਅਗਰ ਹੋਰ ਘਰ ਸਾਲਾ ਬਹੂ ਉਹਦੀ ਭੱਜੀ ਤੂੰ ਕਦੋਂ ਪਿੱਟੀ ਜਾਂਦਾ ਮੇਰਾ ਅੱਧ ਵਿਚਾਰੇ ਕੰਮ ਰਹਿ ਗਿਆ ਮੈਂ ਤਾਂ ਉਹਨੂੰ ਇਗਨੋਰ ਕਰਦਾ ਸੀ ਫਿਰ ਮੈਂ ਉਹਨੂੰ ਪ੍ਰਪੋਜ਼ ਲਾਉਣਾ ਸੀ ਬੱਚੀ ਰਹਿ ਗਿਆ ਭੱਜ ਗਈ ਪਰ ਵਧੀਆ ਤੂੰ ਹੀ ਪਿੱਟੀ ਜਾਂਦਾ ਮੇਰਾ ਜੀ ਨਹੀਂ ਲੱਗਦਾ ਉਹਦੋਂ ਵੀ ਲੱਗਦਾ ਹੋਰ ਨਾਲ ਕਰਾਉਂ ਤੇਰੀ ਕੰਦਰ ਆ ਬਾਰੀ ਛੋੜੀ ਦੀ ਕੱਦ ਲੰਬਾ ਲੂੰਜਾ ਦੀ ਰਿਕਾਰਡ ਦਾ ਓਏ ਚੰਗਾ ਹੋਰ ਕਰਾਉ ਤੈਨੂੰ ਨੰਬਰ ਦੇ ਹੋਰਾ ਮੈਂ ਉਹ ਮੈਨੂੰ ਉਹਦੇ ਨਾਲ ਹੀ ਮੈਰਜ ਕਰਾ ਦੇ ਮੇਰੀ ਅਲਮਣੀ ਯਾਰ ਇਹਦੇ ਨਾਲ ਸਾਲਾ ਕੋਈ ਗੱਲਾ ਹੈ ਪਿੱਟਣ ਵਾਲੀ ਪਿੰਡ ਚੱਲੀ ਉਹਦੇ ਉਹ ਤੂੰ ਬਹਿ ਜਾ ਤੂੰ ਨਾ ਖੌਸੜੇ ਖਾ ਲਈ ਮੈਂ ਗੱਡੀ 'ਚ ਤੇਲ ਪਾ ਦੂੰ ਛੋਟੀ ਜਰਮਣਾ ਉਹ ਬਸ ਰਹਿਣ ਦੇ ਕੰਜਰ ਦਿਆ ਕਿਉਂ ਬੋਲਾ ਹੋ ਰਿਹਾ ਤੂੰ ਤੈਨੂੰ ਹੋਰ ਤਰ੍ਹਾਂ ਹੋ ਤੈਨੂੰ ਹੋਰ ਨੰਬਰ ਦਵਾਉਂਗਾ ਠੀਕ ਹੈ ਮੈਂ ਉਹ ਸਾਲਾ ਜਿਹਦੀ ਘਰ ਵਾਲੀ ਭੱਜੀ ਆਉਂ ਤਾਂ ਕੁਛ ਹੋਇਆ ਉਹਦਾ ਟਾਈਮ ਪਾਸ ਕਰਦਾ ਸੀਗਾ ਅਸਲੀ ਰਿਲੇਸ਼ਨ ਤਾਂ ਮੇਰੇ ਹੀ ਦੀ ਉਹਦੇ ਨਾਲ ਮਕਲਾਵ ਆ ਦੀ ਤਰ੍ਹਾਂ ਰਿਲੇਸ਼ਨ ਉਹਨੂੰ ਕੀ ਪਤਾ ਹੈਗਾ ਕ੍ਰਸ਼ ਕੀ ਹੁੰਦਾ ਓਏ ਤੂੰ ਹੀ ਨਾ ਓਏ ਤੈਨੂੰ ਹੋਰ ਕਰਾਵਾਂਗੇ ਆਪਾਂ ਓ ਓ ਮੈਂ ਉਹ ਤੋਂ ਬਿਨਾ ਨਹੀਂ ਬਈ ਉਹਨੂੰ ਧੋਖਾ ਨਹੀਂ ਦੇ ਸਕਦਾ ਮੈਂ ਨਹੀਂ ਉਹ ਤੋਂ ਬਿਨਾ ਕਰ ਹੁਣ ਕੀ ਧੋਖਾ ਦੇਵੇਂਗਾ ਸਾਲਿਆ ਭੱਜ ਤਾਂ ਗਈ ਉਹ ਮੈਂ ਲੱਭੂ ਉਹਨੂੰ ਮਕਲਾਵਾ ਲੱਭੇਗਾ ਤੂੰ ਚੱਲ ਛੱਡ ਦੂੰ ਹੋਰ ਹੋਰ ਦੇਖਾਂਗੇ ਆਪਾਂ ਓ ਅਮਰੂਦ ਕਿੱਥੇ ਆਊ ਆ ਪਿਆ ਹਾਲ ਹੈ ਓ ਕੋਈ ਨਾ ਟੈਨਸ਼ਨ ਨਾ ਲੈ ਆਪਣਾ ਨੰਬਰ ਪਿਆ ਤੈਨੂੰ ਅੰਜਲੀ ਵਾਲਾ ਨੰਬਰ ਦੇ ਓ ਹੈ ਓਏ ਕਿਸੇ ਨੂੰ ਭੁੱਲਣ ਖਾਤਰ ਕੀ ਕਰਨਾ ਚਾਹੀਦਾ ਬਈ ਉਹ ਬਸ ਮਨ ਮਾਰ ਲੈ ਹੋਰ ਦੱਸ ਕੀ ਹੈ ਭੁੱਲਣ ਨੂੰ ਨਾ ਜੇ ਮਨ ਮੂਹਰੇ ਆਈ ਜਾਣ ਖਿਆਲਾਂ 'ਚ ਫਿਰ ਕੀ ਕਰਨਾ ਐਂ ਤਾਂ ਲੋਕ ਨਸ਼ਿਆਂ ਦੇ ਲੱਗ ਜਾਂਦੇ ਨੇ ਕੋਈ ਕੀ ਕਰਨ ਲੱਗ ਜਾਂਦਾ ਕੋਈ ਕੀ ਤੂੰ ਭੁੱਲ ਜਾ ਕੰਜਰ ਦਾ ਦੱਸ ਐਡਾ ਕੀ ਦੀ ਤੇਰਾ ਨਸ਼ਿਆਂ ਨਾਲ ਭੁੱਲ ਜਾਂਦਾ ਬੰਦਾ ਉਹ ਬੌਲੇ ਨੇ ਲੋਕ ਲੱਗ ਜਾਂਦੇ ਨੇ ਕੀ ਭੁੱਲਿਆ ਤਾਂ ਜਾਂਦਾ ਊਂ ਪਰ ਊਂ ਸਰੀਰ ਖਰਾਬ ਹੋ ਜਾਂਦਾ ਕਿਹੜੇ ਨਸ਼ੇ ਨਾਲ ਜਿਹੜਾ ਸਰੀਰ ਵੀ ਨਾ ਖਰਾਬ ਕਰੇ ਕਿਹੜਾ ਨਸ਼ਾ ਇਹ ਜਿਹਾ ਕੋਈ ਨਸ਼ੀ ਨਹੀਂ ਕੰਜਰ ਦਾ ਸਾਰੀ ਸਰੀਰ ਖਰਾਬ ਕਰਦੇ ਨੇ ਤੂੰ ਕੰਜਰ ਦਾ ਇਹੋ ਜਿਹੇ ਕੰਮ 'ਤੇ ਨਾ ਲੱਗ ਜੀ ਨਾ ਮੈਂ ਮੂਵ ਆਉਣ ਹੋਣਾ ਚਾਹੁੰਦਾਗਾ ਉਹ ਮੂਵ ਆਉਣ ਨੂੰ ਬਣਿਆ ਸਾਲਾ ਤੇਰੀ ਕਿੱਦੇ ਬਣਨ ਲੱਗੀ ਤੀ ਮੂਵ ਆਉਣ ਨੂੰ ਤਾਂ ਊਂ ਫਿਰਦਾ ਦੀ ਪੰਗੇ ਲੈਂਦਾ ਨਾ ਮੈਂ ਉਹ ਕਰਦਾ ਬਾਈ ਬਣ ਕੇ ਦੱਸ ਦੇ ਕੋਈ ਇਹੋ ਜਿਹਾ ਨਸ਼ਾ ਯਾਰ ਜਿਹਨਾਂ ਨੂੰ ਮੈਂ ਭੁੱਲ ਜਾ ਉਹਦੀ ਯਾਦ ਨਾ ਤੂੰ ਰਹਿਣ ਦੇ ਬਾਈ ਨੇ ਰਹਿਣ ਦੇ ਤੂੰ ਲੋਕਾਂ ਪਿੱਛੇ ਨਾ ਲੱਗ ਲੋਕ ਤਾਂ ਬੌਲੇ ਨੇ ਮੇਰੇ ਸਾਲੇ ਦੇ ਦਾਰੂਆਂ ਪੀਣ ਲੱਗ ਜਾਂਦੇ ਨੇ ਕੁੜੀਆਂ ਪਿੱਛੇ ਤੂੰ ਨਾ ਬੌਲਾ ਹੋ ਜੀ ਕੰਜਰ ਦਿਆ ਸਿਆਣਾ ਵਿਆਣਾ ਮੁੰਡਾ ਤੂੰ ਹੋ ਚੰਗਾ ਬੌਲਾ ਮੇਰੇ ਸਾਲੇ ਦਾ ਹੁਣ ਨਾ ਰੋਈ ਜੱਸੇ ਨੂੰ ਪਤਾ ਮੈਂ ਦੱਸਾਂ ਜਾ ਕੇ ਵੀ ਐਂ ਰੋਂਦਾ ਹੁਣ ਨਹੀਂ ਰੋਣਾ ਦੇਖ ਲੈ ਚੰਗਾ ਚੱਲ ਮੈਂ ਮਾੜਾ ਜਿਹਾ ਲਾਈਟ ਬੰਦ ਕਰਿਆ ਮੈਂ ਉਧਰਲੀ ਆ ਰਹੀ ਹੈ ਲਾਈਟ ਉਰੇ ਆਏਗਾ ਮੁੜ ਕੇ ਆਉਣਾ ਮੈਂ ਕਾਂਟਾ ਲੱਗ ਜੂਗਾ ਜੇ ਉਧਰ ਬੰਦ ਕਰਕੇ ਆਉਂ ਬਾਣੀ ਚੰਗਾ ਨਹੀਂ ਮੈਂ ਆਪਦੇ ਖੇਤ ਜਾਣਾ ਚੱਲ ਠੀਕ ਹੈ ਉਹ ਪਾਗੂ ਉਹ ਪਾਗੂ ਹਰੀ ਕਰਾ दारू बई ਸਾਡੇ ਨਾਲ ਤੇਰਾ ਕੋਈ ਮੇਲ ਜੇਲ ਨਹੀਂ ਯਾਰ ਕਿਸੇ ਦੀ ਪੀਣਾ ਸੋਫੀ ਗੱਲ ਕਰੀ ਮੇਰੇ ਨਾਲ ਮੈਂ ਜਿਹੜੀ ਗੱਲ ਪੁੱਛਦਾ ਉਹ ਦੱਸ ਵੀਰਾ ਕਿੱਥੇ ਆ ਆਪਦੇ ਖੇਤ ਹੋਊਗਾ ਹੁਣ ਵੀਰਾ ਮੇਰੇ ਕੋਲ ਖੇਤ ਕੀ ਸਾਰੇ ਮੈਂ ਅੱਜ ਪੈਂਚਰ ਵੀ ਕਰ ਲਿਆ ਸਾਈਕਲ ਗੇੜੇ ਮਾਰ ਮਾਰ ਨਾ ਖੇਤ ਦਿਖਿਆ ਨਾ ਪਿੰਡ ਦਿਖਿਆ ਉਹਨੂੰ ਬਈ ਬੰਦਿਆਂ ਵਾਂਗੂ ਸਮਝਾ ਦੇ ਦੇਖ ਮੈਂ ਪਹਿਲਾਂ ਵੀ ਚੁੱਪ ਕਰ ਗਿਆ ਵੀ ਚੱਲ ਪਿੰਡ ਦੀ ਲਿਹਾਜ਼ਾ ਹੈ ਤੂੰ ਸਮਝਾ ਲਾ ਨਹੀਂ ਮੈਂ ਉਹਦੇ ਟੱਕਰੇ ਕਰੂੰ ਯਾਰ ਕੋਈ ਗੱਲ ਹੈ ਭਲਾ ਮਿੰਦਰਾ ਹੈ ਤੜਕੀ ਤੜਕੇ ਦਾਰੂ ਪੀ ਫਿਰਦਾ ਕੋਈ ਕੋਈ ਬੰਦੇ ਵਾਲੀ ਕਰਤੂਤ ਹੈ ਕੋਈ ਯਾਰ ਦਾਰੂ ਤੇ ਕਿਉਂ ਜਾਂਦੇ ਹੋ ਤੁਸੀਂ ਜਿਹੜੇ ਕੰਮ ਦੀ ਗੱਲ ਆ ਉਹ ਸੁਣ ਮੇਰੀ ਤੂੰ ਉਹ ਮੇਰੇ ਸਾਲਾ ਘਰੇ ਜਾਣੋਂ ਨਹੀਂ ਹਟਦਾ
ਪਹਿਲਾਂ ਸਾਡੇ ਆਲੂ ਪਿਆਜ਼ ਇੱਥੇ ਹੁੰਦੇ ਸੀ ਹੁਣ ਉਹਦੀਆਂ ਫੋਟੋਆਂ ਥਿਉਣ ਲੱਗ ਗਈਆਂ ਮੇਰੇ ਘਰੋਂ ਗੱਲ ਹੈ ਯਾਰ ਕੋਈ ਇਹ ਮੇਰੀ ਗੱਲ ਠੰਡਾ ਰਹਿ ਕਹਿਣ ਤੂੰ ਉੱਚਾ ਨਾ ਬੋਲ ਇੱਥੇ 100 ਲੋਕ ਸੁਣਦੇ ਨੇ ਬਦਨਾਮੀ ਹੁੰਦੀ ਹੈ ਤੇਰੇ ਜਨਾਨੀ ਦੀ ਨਾ ਉਰੇ ਤਾਂ ਬਈ ਸੁਣਦੇ ਨੇ ਜਿਹੜੇ ਉੱਥੇ ਮੇਰੇ ਘਰ ਲਵੇ ਮੇਰਾ ਜਲੂਸ ਨਿਕਲਦਾ ਉਹ ਮੇਰੀ ਗੱਲ ਸੁਣ ਤੇਰੀ ਤੀਵੀ ਬਹੁਤ ਸਿਆਣੀ ਹੈ ਹੈ ਉਹੀ ਸ਼ੱਕ ਨਾ ਕਰਿਆ ਕਰ ਸਾਰਾ ਦਿਨ ਮੇਰੀ ਤੀਵੀ ਤਾਂ ਬਈ ਸਿਆਣੀ ਆ ਮੈਨੂੰ ਪਤਾ ਆ ਜਿਹੜਾ ਚੌੜਾ ਤੂੰ ਨਾਲ ਲਈ ਫਿਰਦਾ ਉਹ ਨਹੀਂ ਨਾ ਸਾਰਾ ਜਨੌਰ ਜੱਜਦਾ ਹੈਗਾ ਉਹੀ ਗੱਲਾਂ ਠੰਡਾ ਰਹਿ ਮਾੜਾ ਮੋਟਾ ਬਲੱਡ ਨਾ ਵਧਾਇਆ ਕਰ ਕਿਵੇਂ ਕਹਿੰਦਾ ਲਾਲ ਹੋਇਆ ਫਿਰਦਾ ਬਾਈ ਠੰਡਾ ਨਹੀਂ ਮੈਂ ਉਹਨੂੰ 3 ਵਾਰੀ ਕਹਿਤਾ ਅੱਜ ਹੁਣ ਮੈਂ ਤੇਰੇ ਥਰੂ ਸਮਝਾਉਣ ਆਇਆ ਮੇਰੀ ਗੱਲ ਸੁਣ ਦੇਖ ਖਾਮ ਖਾਉ ਸ਼ੱਕ ਕਰੀ ਜਾਂਦਾ ਤੂੰ ਜਦੋਂ ਕੱਖ ਕੰਡਾ ਲੈਣ ਆਉਂਦੀ ਹੈ ਜਮਾਂ ਨੇ ਆਸੇ ਪਾਸੇ ਝਾਕਦੀ ਹੈਗੀ ਹੈ ਇਹੋ ਜਿਹੇ ਬੰਦੇ ਦਾ ਕੀ ਹੈ 100 ਇੱਧਰ ਉੱਧਰ ਝਾਕ ਭਨ ਪਰ ਤੀਵੀਂ ਸਿਆਣੀ ਹੋਣੀ ਚਾਹੀਦੀ ਹੈ ਬੰਦਾ 100 ਪਾਸੇ ਝਾਕਦਾ ਫਿਰਦਾ ਯਾਰ ਬਾਈ ਸ਼ੱਕ ਕਿਉਂ ਨਾ ਹੋਵੇ ਸਰੇਆਮ ਫੋਟੋਆਂ ਤੇ ਆਉਂਦੀਆਂ ਨੇ ਮੈਨੂੰ ਪਹਿਲਾਂ ਤਾਂ ਚਲ ਉਂਟਾਲ ਮਟਾਲ ਹੋ ਜਾਂਦਾ ਕਦੇ ਤੂੰ ਕਰ ਦਿੰਦਾ ਟਾਲ ਦਿੰਦਾ ਵੀ ਐ ਨਹੀਂ ਬਾਈ ਮਿੰਦਰਾ ਟਾਲ ਦੇ ਕਹਨੂੰ ਆ ਜਾ ਮੁੱਠ ਖੇਤ ਚੱਲਦਾ ਨਾਲੇ ਉੱਥੇ ਬੈਠੋ ਵੀ ਤੇਰੀ ਪੁੱਛ ਲੈਨੇ ਗੱਲ ਕਰ ਲੈਨੇ ਆ ਆ ਉੱਥੇ ਆ ਜਾ ਕਰ ਮੜੀ ਗੱਲ ਸੁਣ ਲੈ ਹੌਲੀ ਬੋਲਣ ਵਾਲੀ ਗੱਲ ਆ ਯਾਰ ਇਹ ਐ ਕਲੇਸ ਕਰਨਾ ਕੋਈ ਫਾਇਦਾ ਪਲਾਂ ਕਿਸੇ ਗੱਲ 'ਚ ਹੈ ਬਦਨਾਮੀ ਹੁੰਦੀ ਹੈ ਜਿਹੜੀ ਗੱਲ ਸਮਾਈ ਨਾਲ ਹੋ ਜਾਊਗਾ ਕੋਈ ਅੰਤ ਹੈ ਜੇ ਬਦਨਾਮੀ ਤੋਂ ਡਰਦਾ ਬਈ ਤਾਂ ਹੀ ਤੇਰੇ ਲਵੇ ਆਇਆ ਨਹੀਂ ਮੈਂ ਤਾਂ ਹੁਣ ਨੂੰ ਸਰਪੰਚ ਲਵੇ ਵੱਜਦਾ ਓਏ ਲਵੇ ਗੰਜਰ ਦਾ ਮੂੰਹਾਂ ਲਟਕਾਰ ਕੇ ਓਏ ਹੈ ਉਣੀ ਬਸ ਆ ਕਾ ਤੋਂ ਪੀਨੇ ਹੁੰਨੇ ਤੁਸੀਂ ਲੈ ਆਪਾਂ ਤਾਂ ਕੋਈ ਨਹੀਂ ਪੀਂਦੇ ਇੰਨਾ ਸਸਤਾ ਨਸ਼ਾ ਹੈ ਰੂਹ ਘੜ ਜੂ ਗੰਜਰ ਦਿਆ ਨਰੇ ਹੀ ਨਸ਼ਾ ਹੈ ਹਾਂ ਮਾੜਾ ਮਾੜਾ ਹੁੰਦਾ ਤੂੰ ਨਾ ਪੀ ਮਾੜਾ ਤਾਂ ਹੁੰਦਾ ਹੀ ਹੈ ਤੂੰ ਕਾ ਤੋਂ ਪੀਣਾ ਫਿਰ ਮੈਂ ਤਾਂ ਸੜਾ ਸੜਾ ਬੰਦਾ ਕੋਈ ਅੱਗੇ ਨਹੀਂ ਪਿੱਛੇ ਨਹੀਂ ਹੈ ਪੀ ਪੀ ਕੇ ਮਰ ਜਾਵੇ ਤੂੰ ਤਾਂ ਭੈਣ ਜੋਦਾ ਮਰਿਆ ਨਹੀਂ ਜਾਂਦਾ ਆਹਾੜੀ ਲੈ ਜਾਂਦਾ दारू ਪੀ ਪੀ ਮਰ ਜਾਗੇ ਉਹ ਕੱਲੇ ਬੰਦੇ ਦੀ ਜ਼ਿੰਦਗੀ ਕੁਛ ਨਹੀਂ ਹੈਗੀ ਤਾਂ ਹਨਾ ਨਰਕ ਹੈ ਕੱਲੇ ਬੰਦੇ ਦੀ ਕਿਹਦਾ ਮਰਜੀ ਮੂੰਹ ਕਰ ਲਾ ਦਿਲ ਤੋਂ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਮੈਨੂੰ ਭਾਗੂ ਕਹਿੰਦਾ ਕਹਿੰਦਾ ਭੱਜ ਜਾ ਕਹਿੰਦਾ ਤੂੰ ਭੈਣ ਦਾ ਮੇਰੇ ਨਾਲ ਕਿਤੇ ਖੜਦਾ ਨਹੀਂ ਕਹਿੰਦਾ ਮੇਰੇ ਘਰੋਂ ਭੱਜ ਜਾ ਮੈਨੂੰ ਕਹਿੰਦਾ ਉਹ ਇੰਨਾ ਮੂੰਹ ਕਰ ਲਾ ਕਿਤੇ ਮੇਰੇ ਇੱਕ ਦੋਸਤ ਦੀਗਾ ਜਾਣ ਬਾਰਦਾ ਮੇਰਾ ਦੋਸਤ ਦੀਗਾ ਇੱਕ ਤੇਰਾ ਹਾਂ ਉਹਨੇ ਬਈ ਕੁੜੀ ਨੂੰ ਪਿਆਰ ਕਰਦਾ ਦੀ ਉਹ ਕੈਨੇਡਾ ਨਹਿਰ ਚ ਮਾਰਿਆ ਹਜ਼ਾਰ ਦਾ ਫੋਨ ਸੀ ਕੁੜੀ ਨੂੰ ਪਤਾ ਲੱਗ ਗਿਆ ਕੁੜੀ ਇੰਨਾ ਪਿਆਰ ਕਰਦੀ ਆ ਉਹਨੂੰ ਮੁੰਡੇ ਨੂੰ ਹਾਂ ਲੱਖ ਰੁਪਏ ਵਾਲਾ ਫੋਨ ਰਾਤੋਂ ਰਾਤ ਭੇਜਦਾ ਸਾਉਂ ਲੱਗੇ ਕੈਨੇਡੀਆ ਵਾਲੀ ਨੇ ਹਾਂ ਮੈਂ ਵੀ ਇਹ ਜੀ ਮੈਂ ਤੈਨੂੰ ਆ ਕੇ ਗੱਲ ਸੁਣਾਉਣਾ ਮੈਂ ਬਾਥਰੂਮ ਜਾਇਆ ਵਾਂ ਵਧੀਆ ਕੁੜੀ ਆ ਓਏ ਇੱਕ ਪੈਕ ਜਿਹਾ ਹੋਰ ਲਾ ਲੈਨੇ ਆ ਉਹ ਤਾਂ ਚੜ ਗਿਆ ਥੋੜਾ ਜਿਹਾ ਪਤਾ ਨਹੀਂ ਤੋਰੇ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ ਆਹ ਪਾਉਂਦੇ ਹਨ ਪਹਿਲਾਂ ਸਟਿੰਗ ਮਗਰੋਂ ਪਾ ਲਊਗਾ ਕੌੜੀ ਵਾਲੀ ਹੈਗੀ ਭੈਣ ਦੀ ਸਟਿੰਗ ਮਾੜੀ ਜਿਹੀ ਪਾ ਲੈਂਦੇ ਹਾਂ ਕੌੜੀ ਆ ਓਏ ਇੱਕ ਪੈਗ ਹੋਰ ਲਾ ਲੈਣਾ ਹੌਲੀ ਹੌਲੀ ਮੂਵ ਆਨ ਹੋ ਜਾਊਗਾ ਭੈਣ ਦੀ ਜਦੋਂ ਮੂਵ ਆਨ ਹੋ ਗਿਆ ਆਪਦੇ ਪਿੰਡ ਜਾਊਗਾ ਮੈਂ ਨੂਰੇ ਰਿਹਾ ਕਰਦਾ ਆ ਜਾ ਆ ਗਿਆ ਚੱਲਦਾ ਅੱਗੂਆ ਆ ਗਿਆ ਓਏ ਲਾਉਣ ਵੀ ਲੱਗ ਗਿਆ ਓਏ ਹੈ ਲਾਉਣ ਵੀ ਲੱਗ ਗਿਆ ਕੱਢ ਲਈ ਹੈ ਕੱਢ ਲਈ ਇਥੋਂ ਇਥੋਂ ਚੌਰਾ ਬੈਠਾ ਚੌਰਾ ਰੋ ਲੈ ਕੇ ਆਇਆ ਕਿੱਥੋਂ ਕੱਢ ਲਈ ਮੈਂ ਓਏ ਹੌਲੀ ਬੋਲ ਮਿੰਦਰਾ ਇੱਥੇ ਰੱਖੀ ਦੀ ਕਿਹੜੀ ਰੱਖੀ ਦੀ ਬੇੜਾ ਪੈ ਗਿਆ
ਉਹ ਵੀ ਕੰਜਰ ਦਾ ਇੱਥੇ ਲਗਾਉਣਾ ਹੈ ਪਤਾ ਜੱਸੇ ਤੇ ਲਗਾਉਗਾ ਦੀ ਯਾਰ ਮਾਹ ਜੱਸਾਂ ਦੇ ਗਾਲਾਂ ਗੁਲਾ ਕੱਢੇ ਹੋਰ ਵਧੀਆ ਲੱਗ ਗਿਆ ਦੀ ਜੱਤਾ ਆਹੋ ਹੈ ਲੈਉਣੀ ਪੈਣਾ ਤਾਂ ਪੰਜ ਜਗ੍ਹਾ ਦੀ ਕਿ ਨਾ ਓਏ ਖਾ ਲਈ ਤੀ ਯਾਰ ਇਹਨੂੰ ਕਦਰ ਚੱਕੀ ਫਿਰਦਾ ਹੈ फोटो जाना सारा पिंड सुता पे अगी पता लग गया है मैं गया नहीं तेरे घरे कौन गया ਮੈਨੂੰ ਸਬੂਤ ਤੇ ਆਇਆ ਕੀ ਤੇ ਆ ਗਿਆ ਇਹਆਂ ਫੋਟੋਆਂ ਲੱਭੀਆਂ ਨੇ ਚਾਰ ਇੱਕ ਦੀ ਸਾਰੀ ਅੱਧੀ ਨਹੀਂ ਮੇਰੀਆਂ ਹਾਂ ਸੌਖਾ ਸੌਖਾ ਕੀ ਸਾਹੇ ਸੌਖਾ ਦੀ ਗੱਲ ਹੈ ਮਿੰਦਰਾ ਕੰਜਰ ਦਾ ਓਏ ਮਿੰਦਰਾ ਮੈਂ ਪਹਿਲਾਂ ਤਾਂ ਹੌਲੀ ਬੋਲ ਹੈ ਮੇਰਾ ਸਾਰਾ ਤਰਕੀ ਦਾ ਰੂਪੀ ਨਾ ਸੁਰਤਰੀ ਨਹੀਂ ਦੀ ਵਾਸਤੇ ਤੈਨੂੰ ਮੈਂ ਤਾਂ ਫੋਟੋ ਹੀ ਨਹੀਂ ਕਰਾਈ ਕਦੇ ਮੈਂ ਤਾਂ ਸਾਡੇ ਵਾਲੇ ਕਾਲੇ ਦੇ ਵਿਆਹ ਹੀ ਨਹੀਂ ਕਰਾਈ ਇਹਨਾਂ ਨੇ ਤਾਂ ਜੱਸੇ ਦੇ ਵਿਆਹ ਹੀ ਨਹੀਂ ਕਰਾਈ ਲੈ ਫਿਰ ਉਹ ਕੀ ਦੀਆਂ ਫਿਰ ਮੈਂ ਚੱਕ ਲੈ ਤੇਰੇ ਘਰ ਨਹੀਂ ਫੋਟੋਆਂ ਹੋ ਓਏ ਕੋਈ ਫੋਟੋ ਫੋਟੋ ਤੇ ਆ ਗਈ ਹੁਣੀ ਉਹ ਕਰੋ ਪਤਾ ਨਹੀਂ ਕਹੀ ਜੀ ਫੋਟੋ ਚੱਕੀ ਮੈਂ ਤਾਂ ਨਾ ਮੈਨੂੰ ਦਿਖਾਈ ਆਏ ਤੱਕ ਕਈ ਯਾਰ ਫੋਟੋਆਂ ਨੇ ਅੱਛਾ ਆ ਪੱਗ ਦੇ ਬਣੀ ਹੋਈ ਹੈ ਛੋਟੀ ਜੀ ਹੈ ਉਹ ਪਾ ਰਹੀ ਆ ਉੱਤੋਂ ਦੀ ਜਾਕਟ ਜੀ ਚਿੱਟੀ ਅਰੇ ਭੈਣ ਦਾ ਕਿਹੜੀ ਆ ਅੱਛਾ ਸਾਰਾ ਪਤਾ ਤੈਨੂੰ ਉਹ ਤੈਨੂੰ ਮੈਂ ਲਾਣਾ ਹੈ ਉਹਦਾ ਗੱਲ ਸੀ ਮੰਦਰਾ ਹਾਂ ਜਦੋਂ ਰਾਸ਼ਨ ਕਾਰਡ ਜਾ ਬਣਾਇਆ ਤੁਸੀਂ ਹੈ ਮੰਨ ਲਾ ਮੈਂ ਵਾਗਿਆ ਚਰਨ ਨੂੰ ਨਾਲ ਇਹਦੀ ਫੋਟੋ ਚੱਕੀ ਨਹੀਂ ਕੰਪਿਊਟਰ ਨੇ ਕਹਿੰਦੇ ਭਾਈ ਚਰਨ ਨੂੰ ਤਾਂ ਕਹਿੰਦੀ ਬਣਾਉਣਾ ਅੱਜੇ ਬਣਾਉਣਾ ਹੁਣੇ ਬਣਾਉਣਾ ਮੈਂ ਬਣਾ ਦਿੰਦੇ ਆ ਕੰਪਿਊਟਰ ਨੇ ਕਿਉਂ ਚੱਕੀ ਮੈਂ ਯਾਰ ਨਾ ਭਾਈ ਤੂੰ ਗੱਲ ਕਰ ਲੈ ਯਾਰ ਮੈਂ ਓ ਮਿੰਦਰਾ ਵਾਲਾ ਚੁੱਪ ਕਰ ਜਾ ਪਹਿਲਾਂ ਗੱਲ ਸੁਣ ਲੈ ਉਹਦੇ ਨਾ ਭਾਈ ਆ ਤੂੰ ਗੱਲ ਕਰ ਲੈ ਗੱਲ ਸੁਣ ਲੈਂਦੇ ਪਹਿਲਾਂ ਕਰ ਲੋ ਮੈਂ ਕਹ ਕੰਪਿਊਟਰ ਦਾਰੂ ਹੈ ਉਹ ਦਾਰੂ ਦਾ ਪੀ ਲੈਂਦੇ ਹੁਣਾ ਨਾਲੇ ਚੁੱਪ ਕਰਾਈ ਜਾਂਦਾ ਯਾਰ ਚੁੱਪ ਕਰ ਜਾ ਭਾਈ ਕੰਪਿਊਟਰ ਨੇ ਫੋਟੋ ਨਹੀਂ ਚੱਕੀ ਦੀ ਮੈਂ ਆਪ ਦੀ ਲਾਦੀ ਅੱਛਾ ਮੈਂ ਚਰਨੂ ਨੂੰ ਫੋਟੋਆਂ ਬਣਾ ਦਿਆਂ ਮੈਂ ਆ ਚੱਕ ਹਾਂ ਉਹ ਕਿਤੇ ਗਲਤੀ ਨਾਲ ਉਹਦੇ ਉਹ ਚ ਵੱਗ ਗਿਆ ਹੋਣੀਆਂ ਘਰੇ ਭਾਗੂਆ ਹਾਂ ਮੈਂ ਜਿਹੜੀ ਦਿੱਤੀ ਆ ਫੋਟੋ ਇਹਨੂੰ ਉਦੋਂ ਦੀ ਗੱਲ ਹੈ ਮਦਾ ਤੇਰਾ ਫਾਇਦਾ ਹੋ ਜਾ ਮੈਂ ਕਣਕ ਮਿਲਣ ਲੱਗ ਜੂ ਇਹਨੂੰ ਭਾਈ ਹੈ ਕਣਕ ਨਹੀਂ ਮਿਲਦੀ ਲੈਂਦਾ ਨਹੀਂ ਦਾਲ ਨਹੀਂ ਲੈਂਦਾ ਆਪ ਜੀ ਦੇ ਲੈਣਾ ਹਾਂ 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 ਮੱਲਾ ਠੀਕ ਹੈ ਕੀ ਕਰੀ ਜਾਂਦਾ ਕਰ ਜਾਂਦਾ ਮੇਰਾ ਮਤਲਬ ਬੰਦਾ ਨਹੀਂ ਹੈਗਾ ਉਹੀ ਤਾਂ ਨਹੀਂ ਗਲਤ ਸੰਗਤ ਚ ਪੈ ਗਿਆ ਕੀ ਹੋ ਰਿਹਾ ਇਹਨੂੰ ਓਏ ਹੈ ਕੀ ਹੋ ਰਿਹਾ कन्न मारे मेरी गल सुनो समान चक चक खाई जांदा चीजां दा करता हेलो करता ठीक है चल जा ਚੰਗਾ ਮੈਂ
जोर पाला चुप कर मैं चरण नाल कराइया दी फोटो कप फोटो ही होंगे जेडिया दो जने दियां कट्ठी वाह पा के रोशनदान च पे मंदिर ना मिल जाए औखा हो कप फोटो ना मिल जाए कुड़ी चौदह रंडी रोना हो मेरा नहीं मुक्या तुसी आपदा पा के बह जाया करो की होया तेनू खासम भाभी तो मेरे याद आनी चाहिए तेरे क्यों याद आई मेरी गल सुन पुत बन के तू मेरे को मेरे को प्या करी मेरे को रह करी चंगा है मैं तेरी कैस्ट करा के दूंगा है तेन मैं बीन लिया दूंगा बीन लिया दी तेन मैं चंगा मैं फिर दर्द भरे गीत सुनावेगा हथ ने है अज मेरे नाल पवेगा हथ ने पक्का चल नाले मैं तेन बत्ता पिऊंगा मेरे पुत नू है नाले चुस्किया खवाऊंगा डन भाजी चंगा डन कितों सीखा हो बोली हिंदी कितों सीखा तू है बस म्यूजिक लाइन च बड़ा कहते ने डन भाजी मैंने कोई गीत सुना दे पुत बन के दर्द भरया होना है आहो दर्द भरा जाओ भी चंगा हो मोटर ते बजदी है टेप सुनदी नवा नवा दिल टुटे है शोर दा हो कटियां तड़ामा है पतंग होर किते बगया पिना तीगा हले आए कच्ची डोर दा नमा नमा दिल टुटे आए शोर दा मोटर ते बज दी टेप सुन दी नमा नमा दिल टुटे आए शोर दा हाय फोर भाई फोर भी है खड़ा बुड़के नाले पिना कच्ची डोर दा नमा नमा दिल टुटे आए शोर दा तू अज मेरे को पी जाएगा पुत बन के है होर मैं आप बाला दुखी हां पुत है ₹50 की करेंगे चीजी खावेगा है कुल्फी खा ली चंगा पुत चंगा पता चल दे आप दोनों चल कद्दू तोड़ ली कुल्फी वाला नंग जूगा मैं पहला जाके ले ला चंगा कंजना दिया जवाकनी तो देख लें दी कहना जवाक तो दिल तोड़े तेन कद्दू कद्दू देखा कोई ₹50 वांगू फर्क है जी पहला नालों शुगर दा ठीक है जी हाँ जी हाँ ओही गोलियां दे देंदे पहला नहीं हैं जिहड़े चल रही हैं ने फर्क है पहला जी फर्क है जी हुण दा खाण पीण दा भी बाकी सत श्री अकाल डॉक्टर साहब सत श्री अकाल जी राम राम पंडित जी ओ ठीक हो होर कोई टेस्ट टूस्ट तो नहीं करवाना जी ना बस ठीक है जी खवा दो हफ्ते तक फिर दोबारा करा के देख लो टेस्ट ठीक है जी डॉक्टर साहब चक्कर जा गया
ਸ਼ੂਗਰ ਸ਼ਾਗਰ ਦੀ ਲੈਣ ਆਏ ਸੀਗੇ ਕਿਹਨੂੰ ਹੋ ਗਿਆ ਜੀ ਘਰੇ ਹੋ ਰਿਹਾ ਤ੍ਰਿਉਂਬੋ ਨੂੰ ਅੱਛਾ ਜੀ ਹਾਂ ਦਵਾਈ ਦੂਈ ਨਾਲ ਕਾਹਨੂੰ ਫਰਕ ਪੈਂਦਾ ਸ਼ੂਗਰ ਨੂੰ ਇਹਦਾ ਕੈਮੀਕਲ ਵਾਲੀਆਂ ਦਵਾਈਆਂ ਹੁੰਦੀਆਂ ਨੇ ਜੀ ਤੁਸੀਂ ਐਂ ਕਰੋ ਜੀ ਜਿਹੜੇ ਜਾਮਣਾਂ ਦੀ ਹੜਕਣ ਨੇ ਆਪਣੀਆਂ ਉਹਦੀ ਫੱਕੀ ਰਗੜ ਕੇ ਦੇ ਦਿਓ ਹੱਥ ਨਹੀਂ ਫਰਕ ਪੈ ਜੂਗਾ ਹਾਂ ਗਿਆ ਦੀ ਮੈਂ ਲਿਆ ਦੀ ਫੱਕੀ ਤੁਹਾਡੇ ਵਾਲੇ ਭਾਗੂ ਤੋਂ ਬਣੀ ਬਣਾਈ ਪਈ ਸੀ ਉਹਦੇ ਲਵੇ ਉੱਥੇ ਕੋਠੇ 'ਚ ਦੇ ਦਿੱਤੀ ਸੀ ਮੈਨੂੰ ਸਾਡੇ ਵਾਲੇ ਭਾਗੂ ਹਾਂ ਆਰਾਮ ਆ ਉਹਦੇ ਨਾਲ ਫੱਕੀ ਨਾਲ ਵਧੀਆ ਆਰਾਮ ਹੈ ਕਿਹੜਾ ਕੁਲਸ ਬੈਦਾ ਜਿਹੜੇ ਵੀ ਫੱਕੀ ਦੇ ਦਿੱਤੀ ਪੰਡ ਜੀ ਕਮ ਮਜ਼ਾਕ ਕਰਦੇ ਜੀ ਉਹ ਕਿੱਥੇ ਦਿੰਦਾ ਫੱਕੀਆਂ ਮਜ਼ਾਕ ਤਾਂ ਤੁਸੀਂ ਕਰ ਰੱਖਿਆ ਮੇਰੇ ਨਾਲ ਪਹਿਲਾਂ ਤਾਂ ਇਹਦੇ ਉਹ ਬੌਲੇ ਜਿਹਨੇ ਮੇਰੀ ਛਿੱਲ ਲਾਹੀ ਫੜ ਕੇ ਫਿਰ ਭਾਗੂ ਨੇ ਕੁੱਟਿਆ ਉਹਦੇ ਖੇਤ ਮੈਨੂੰ ਪੰਡ ਜੀ ਗਰਮ ਕਾਉਣੇ ਉੱਥੇ ਤੁਹਾਡੀ ਗਲਤੀ ਸੀਗੀ ਗਲਤੀ ਕਾਹਦੀ ਤੇ ਹੁਣ ਵੀ ਗਲਤੀ ਹੋ ਕਿਲੋ ਜਾਮਣਾ ਦੀ ਕਿੱਡੀ ਗੱਲ ਸੀਗੀ ਜਾਮਣੀ ਦੀ ਮੈਂ ਤੋੜ ਕੇ ਕੋਠੇ ਤੇ ਰੱਖ ਦਿੱਤੀ ਥੱਲੇ ਲਫਾਫਾ ਲੈਣ ਆਇਆ ਮਾਂ ਲਫਾਫੇ 'ਚ ਪਾ ਲੂੰਗਾ ਚੱਲ ਥੱਲੇ ਉਹਨੇ ਨੂੰ ਮੇਰੇ ਸਾਲੇ ਨੇ ਮਾਰ ਮਾਰ ਜੋੜੇ ਮੇਰੇ ਪਿਲਕਰੇ ਠਾ ਦੇ ਪਿੱਠ ਤੇ ਫਿਰ ਮੈਨੂੰ ਕੀ ਪਤਾ ਜੀ ਕਦੋਂ ਗਏ ਤੁਸੀਂ ਕਦੋਂ ਗਏ ਦੱਸੋ ਮੈਨੂੰ ਪਰਸੋਂ ਗਿਆ ਸੀ ਮੈਂ ਫਿਰ ਮੈਨੂੰ ਕੀ ਪੁੱਛਿਆ ਗਿਆ ਸੀ ਉੱਤੋਂ ਮੇਰੇ ਤੇ ਹੋਰ ਇਲਜ਼ਾਮ ਲਾਉਂਦਾ ਕਹਿੰਦਾ ਲੈ ਤੂੰ ਮੋਟਰ ਵਾਲੀਆਂ ਤਾਰਾਂ ਖੋਲ ਕੇ ਲੈ ਆਏਗਾ ਫਿਰ ਖੋਲ ਦੇਉਂਗਾ ਮੈਨੂੰ ਉਹ ਭਲੇ ਮਾਨਸੋ ਮੇਰੇ ਘਰੇ ਸਾਰਾ ਕੁਝ ਰੱਬ ਦਾ ਦਿੱਤਾ ਫਿਰ ਤੁਸੀਂ ਮੇਰੇ ਨਾਲ ਕਿਉਂ ਤੰਗ ਹੁੰਦੇ ਹੋ ਜੀ ਮੈਂ ਤੁਹਾਨੂੰ ਕੀ ਆਗਾ ਬਈ ਪਹਿਲਾਂ ਤਾਂ ਇਹ ਨਹੀਂ ਕੁੱਟਿਆ ਉੱਥੇ ਤੁਹਾਡੀ ਗਲਤੀ ਸੀ ਫਿਰ ਉਹਨੇ ਕੁੱਟਿਆ ਉੱਥੇ ਤੁਹਾਡੀ ਗਲਤੀ ਸੀ ਤਾਂ ਕੁੱਟਿਆ ਮੈਨੂੰ ਕੀ ਪਤਾ ਉਹਦੇ ਨਾਲ ਤੁਹਾਡਾ ਕੀ ਆਗਾ ਮੈਂ ਤਾਂ ਘਰ ਦੇ ਬੰਦਿਆਂ ਕਰਕੇ ਭੱਗ ਗਿਆ ਵੀ ਮੈਂ ਸਾਰੇ ਪਿੰਡ ਨੂੰ ਕਹਿ ਰਿਹਾ ਉਹਨੂੰ ਆਪਦਾ ਵੀ ਬੁਲਾਇਆ ਨਾ ਕਰੋ ਮਤਲਬ ਵੀ ਬੁਲਾਇਆ ਕਰੋ ਮੈਂ ਤਾਂ ਘਰ ਦੇ ਅੱਗੇ ਭੱਗ ਗਿਆ ਉਹਦੇ ਲਵੇ ਜਾਂਦੇ ਹੋ ਟਿੰਡੀਆਂ ਲੈਣ ਆਪਣਾ ਅੱਜ ਦਾ ਨਹੀਂ ਹੈਗਾ ਆਪਣਾ ਆਪਣਾ ਬੁੜਿਆ ਵੇਲੇ ਦਾ ਸਹਿਚਾਰ ਸਹਿਚਾਰ ਰੱਖਣ ਵਾਲੀ ਤੁਸੀਂ ਗੱਲ ਨਹੀਂ ਨਾ ਕਰਦੇ ਹੁਣ ਪਹਿਲਾਂ ਤਾਂ ਚੱਲ ਮੰਨਿਆ ਅਸੀਂ ਕਿੱਦੇ ਨਹੀਂ ਕੰਮ ਆਏ ਹੋ ਤੁਹਾਡੇ ਉਹ ਪਤਾ ਜੀ ਪੰਡਿਤ ਜੀ ਆ ਤਾਂ ਤੁਸੀਂ ਪਾ ਕੇ ਭਗਵਾਨ ਲੋਕਾਂ ਨੂੰ ਤਾਂ ਲੁੱਟਣੀਆਂ ਗੱਲਾਂ ਕਰਦੇ ਹੋ ਕਾਹਦਾ ਲੁੱਟਦੇ ਤੁਹਾਨੂੰ ਕਿੱਦੇ ਲੁੱਟ ਲਿਆ ਮੇਰੇ ਬਾਪੂ ਨੇ ਕਿੱਦੇ ਨਹੀਂ ਮੇਰਾ ਬਾਪੂ ਤੁਹਾਡੇ ਕੰਮ ਆਇਆ ਦੱਸੋ ਦੁਖਦੇ ਸੁਖਦੇ ਥੋੜਾ ਬਹੁਤਾ ਨੌ ਨੂੰ ਕਢਾਉਣ ਦਾ ਤਾਂ ਉਹ ਪੈਸੇ ਨਹੀਂ ਲੈਂਦਾ ਦੀ ਨਹੀਂ ਮੇਰੀ ਗੱਲ ਸੁਣੋ ਕਹਿੰਦਾ ਇਹਨਾਂ ਤੋਂ ਲੈਣਾ ਨਹੀਂ ਤੁਸੀਂ ਹੁਣ ਮੇਰੇ ਤੇ ਆਗੇ ਚੜ ਕੇ ਮੇਰੀ ਗੱਲ ਸੁਣੋ ਜਦੋਂ ਪਹਿਲਾਂ ਆਪਣੀ ਗੱਲਬਾਤ ਹੋਈ ਹੈ ਉਦੋਂ ਸਾਡੇ ਤੋਂ ਕਿੰਨੇ ਪੈਸੇ ਲਏ ਸੀ ਤੁਸੀਂ ਉਹ ਕਿਹੜੇ ਲੈਂਦੇ 2000 ਰੁਪਏ ਲਏ ਜੀ ਤੇਰੇ ਡੈਡੀ ਤੁਸੀਂ ਕਿੰਨੇ ਲੈਂਦੇ ਹੁੰਦੇ ਸੀਗੇ 500 ਰੁਪਏ ਦਿੰਦੇ ਹੁੰਦੇ ਸੀ ਨਾਮ ਕਢਾਉਣ ਦਾ ਉਹ 100 ਰੁਪਏ ਦੀ ਅੱਜੂ ਦਾ ਮੈਂ ਕਿਲੋ ਜਾਮਣਾ ਬਾਜ਼ਾਰ 'ਚੋਂ ਫੜ ਲਿਆਉਂਦਾ ਓਏ ਫਿਰ ਲੈ ਲੈਂਦੇ ਉੱਥੇ ਕੀ ਕਰਨ ਗਏ ਸੀਗੇ ਭੈਣ ਦੀ ਪਤੌੜ ਮਰਾਵਿਆਂ ਨੇ ਲੱਛਣੀ ਫੜ ਰੱਖੇ ਨੇ ਕਿਉਂ ਲੱਛਣ ਫੜ ਕੇ ਕਦੇ ਢੋਲ ਮੱਖੜੇ ਹੋ ਜਾਂਦਾ ਕਦੇ ਉਹ ਵਜਾ ਜਾਂਦਾ ਪਰ ਸਾਡੇ ਟਿੰਡੀਆਂ ਲੈਣ ਆਉਣਾ ਯਾਰ ਤੂੰ ਤਾਂ ਹੀ ਛੋਟੀਆਂ ਜਨਾਨੀਆਂ ਨਹੀਂ ਰਹਿੰਦੀਆਂ ਮੈਥੋਂ ਸੁਣ ਕੇ ਖੜੇਗਾ ਉਹ ਪੰਡਤ ਜੀ ਤੂੰ ਤੇ ਧੋਤੀ ਜੀ ਨਾ ਪੜਾ ਲਈ ਉਹ ਰੱਖ ਲਈ ਹੁਣ ਭਾਗੂ ਵਾਲੀ ਰੱਖ ਲਈ ਆ ਭੱਜ ਗਈ ਦੇਖ ਲੈ ਪੰਡਤ ਦਾ ਨਾ ਖਤਰਾ ਮੈਂ ਕਰਦਾ ਦੁਰਵਿਹਾਰ ਕਰਦੇ ਹੋ ਤੁਸੀਂ ਤਾਂ ਰਹਿਦੀਆਂ ਨਹੀਂ ਉਹ ਤੂੰ ਬਾਗ ਜਾਊਗਾ ਮੂੰਹ ਨਾ ਕਟਾਲੀ ਪਹਿਲਾਂ ਵੀ ਤੈਨੂੰ ਛੁੜਕਿਆ ਮੈਂ ਜਾਗਦੇ ਰਹੋ ਰਾਤਾਂ ਨੂੰ ਗਬਾਚ ਕਿੱਥੋਂ ਯਾਰ ਲੱਭਦੇ ਜੀਦੀ ਜੀਦੀ ਲੱਭੀ ਐ ਬਈ ਜਾਗਦੇ ਰਹੋ ਜੀਦੀ ਜੀਦੀ ਲੱਗੀ ਐ ਬਈ ਜਾਗਦੇ ਰਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਐ ਜੀ ਕੀ ਕਰਦੇ ਇਹ ਉਹ ਸਿੰਕ ਦੇ ਨਾ ਗਰਜਣ ਢਲੋਂ ਮਾਰੇ ਗਏ ਤੇਰੇ ਲਵੇ ਗੁੱਟ ਤੇ ਬੰਨਣੀਆਂ ਮੈਂ ਇਹ ਕਿੱਥੇ ਦਾ ਮੁੰਡਾ ਗਾ ਬਈਆ ਇਹ ਉੱਥੋਂ ਦਾ ਭਦੌੜ ਦਾ ਅਰਜਣ ਢਲੋਂ ਬਰਨਾਲੇ ਕੋਲ ਹਾਂ ਰਾਤਾਂ ਨੂੰ ਗਵਾਚੇ ਕਿੱਥੋਂ ਯਾਰ ਲੱਭਦੇ ਦਰਦ ਭਰਿਆ ਦਰਦ ਭਰਿਆ ਤਾਂ ਹੋਇਆ ਚਾ ਦਰਦ ਪਤਾ ਲੱਗਦਾ ਦੇਣੀ ਇਹਦੇ ਉੱਥੇ ਮੰਜੇ ਦੇ ਵੇਖ ਕੇ ਭਰਾਂਗੇ ਹਜੇ ਜਿੰਨਾ ਕ ਹੈਗਾ ਤੂੰ ਆਹੀ ਸੁਣ ਲੈ ਉਹ ਸੁਣਾਉਣਾ ਤੈਨੂੰ ਬੀਤ ਵਜ਼ੀਰ ਦਾ ਹੋ ਮੇਰਾ ਪਹਿਲੀ ਵਾਰ ਦਿਲ ਟੁੱਟਿਆ ਹੈ ਮੈਨੂੰ ਰੋਣ ਦਾ ਚੱਜ ਨਾ ਆਵੇ ਅੱਖੀਆਂ ਨੇ ਰੋਣਾ ਹੀ ਵੇ ਅੱਖੀਆਂ ਨੇ ਰੋਣਾ ਹੀ ਵੇ ਹੈ ਹੋ ਮੇਰਾ ਪਹਿਲੀ ਵਾਰ ਦਿਲ ਟੁੱਟਿਆ ਹੋ ਮੈਨੂੰ ਰੋਣ ਦਾ ਚੱਜ ਨਾ ਆਵੇ ਅੱਖੀਆਂ ਨੇ ਰੋਣਾ ਹੀ ਵੇ ਪੈਸੇ ਦਿੰਦਾ ਸੀਗਾ ਹੋ ਤੂੰ ਤਾਂ ਹੁਣ ਕੀ ਮੁੜਨਾ ਹੋ ਖਾਲੀ ਕੰਧਾਂ ਵਿੱਚ ਬੱਜ 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 ਮੁੜਦੀ ਹੈ ਤੂੰ ਤਾਂ ਹੁਣ ਕੀ ਮੁੜਨਾ ਹੋ ਖਾਲੀ ਕੰਧਾਂ ਵਿੱਚ ਬੱਜ 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 ਮੁੜਦੀ ਹੋ ਤੂੰ ਤਾਂ ਹੁਣ ਲੱਖ ਪਾਣੀ ਲੈ ਦੇ ਤੇਰੇ ਜੀ ਜੀ ਚਮਕੀਲੇ ਦਾ ਗੀਤ ਸੁਣਾ ਕੇ ਦਿਖਾ ਚਮਕੀਲੇ ਦਾ ਹਾਂ ਸੁਣ ਓਏ ਕਿੰਨਾ ਵਧੀਆ ਗੀਤ ਗਾਉਂਦਾ ਤੇਰਾ ਸਾਲਾ ਹੁਣਾ ਸੁਣਾ ਦਾ ਸਾਡਾ ਖੜੀ ਕੱਖਾਂ ਦੀ ਕੁੱਲੀ ਚੱਕਮਾ 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 ਸੁਣਾ ਤੇ ਜੀਜੇ ਵੀ ਆਉਣਗੇ ਉਹ ਚ ਆਉਣਗੇ ਫਿਰ ਜੀਜੇ ਦਾ ਜ਼ਿਕਰ ਆਊਗਾ ਗੀਤ ਹੈ ਗੀਤ ਹੈ ਤਾਂ ਸੱਚੀ ਗੱਲ ਸੁਣਾ ਦੇ ਉੱਚੀ ਜੀ ਆਵਾਜ਼ ਚ ਹੋਪੇ
ਭੈਣ ਜੀਜੀਆ ਤੇਰੀ ਵੇ ਹੁਣ ਕੰਡਮ ਹੋ ਗਈ ਸਾਰਾ ਸਾਡੀ ਘੰਟੇ ਬਾਅਦ ਹੀ ਮਰ ਗਈ ਦੀ ਜੰਮਦੀ ਨੂੰ ਪੀਲੀਆ ਹੋ ਗਿਆ ਤੀ